हां जी दोस्तों आज गल ਕਰਦੇ ਆ ਜੀ ਪੰਜਾਬ ਸਟੇਟ ట్రాన్స్మిਸ਼ਨ ਕਾਰਪੋਰੇਸ਼ਨ ਲਿਮਟਿਡ ਇਨ ਨੇ ਵੈਕੈਂਸੀ ਕਰਦੀ ਆ ਕਾਦੀ ਵੈਕੈਂਸੀ ਹੈ ਸਾਰੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਸੇ ਮੇਰੇ ਕੋਲ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗੋਮੜ ਜਾਉਨਾ ਨੋਟੀਫਿਕੇਸ਼ਨ ਫੋਨ ਤੇ ਚਾਹੁੰਦੇ ਹੋ ਤਾਂ ਚੈਨਲ ਨੂੰ ਜਰੂ ਸਬਸਕ੍ਰਾਈਬ ਕਰੋ ਜੀ ਚਲੋ ਦੇਖਦੇ ਆ ਜੀ ਦੇਖੋ ਦੋਸਤੋ ਐਪਲੀਕੇਸ਼ਨ ਆਰ ਇਨਵਾਈਟਡ ਫਾਰ ਦਾ ਪੋਸਟ ਆਫ ਡਾਇਰੈਕਟਰ ਠੀਕ ਹੈ ਫਾਈਨੈਂਸ ਐਂਡ ਕਮਰਸ਼ੀਅਲ ਇਨ ਪੰਜਾਬ ਸਟੇਟ ట్రాన్స్మిਸ਼ਨ ਕਾਰਪੋਰੇਸ਼ਨ ਠੀਕ ਹੈ ਪੀ ਐਸ ਟੀ ਸੀ ਐਲ ਐਟ ਪਟਿਆਲਾ ਇਨ ਸੈਲਰੀ ਸਕੇਲ ਕਹੇ ਤੁਹਾਡਾ 6700 ਠੀਕ ਹੈ ਜੀ ਵਿਦਆਊਟ ਗ੍ਰੇਡ ਵੇ ਹੈ ਤੁਹਾਡਾ ਇਹ ਠੀਕ ਹੈ ਬੇਸਿਕ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਦੋਸਤੋ ਚਾਰਟਰਡ ਅਕਾਊਂਟੈਂਟ ਔਰ ਕੋਸਟ ਅਕਾਊਂਟੈਂਟ ਠੀਕ ਹੈ ਤੇ ਇਸ ਦੀ ਗੱਲ ਕਰੀਏ ਮਿਨੀਮਮ ਏਜ ਆਫ 50 ইয়ার ਐਟ দা ਟਾਈਮ ਆਫ ਅਪੁਆਇੰਟਮੈਂਟ ਠੀਕ ਹੈ ایکسپੀਰੀਅנס ਦੀ ਗੱਲ ਕਰੀਏ ਉਹਨਾਂ ਨੇ ایکسپੀਰੀਅנס ਕਾਫੀ ਮੰਗਿਆ ਦੋਸਤੋ ਸਰਵਡ ਐਟ ਲੀਸਟ 25 ইয়ার ਇਨ ਅ ਪਾਵਰ ਯੂਟਿਲਿਟੀ ਠੀਕ ਹੈ ਐਂਡ ਵਰਕਡ ਇਨ ਅ ਸਿਨੀਅਰ ਪੋਜੀਸ਼ਨ ਇਨ ਫਾਈਨੈਂਸ ਅਕਾਊਂਟ ਵਿਦ ਰੈਂਕ ਐਵੈਲੈਂਟ ਟੂ ਸੀਈ ਜਾਂ ਜਨਰਲ ਮੈਨੇਜਰ ਠੀਕ ਹੈ Account for at least one year or five year of experience as CAO. Okay? In company having an annual turnover of not less than 500 crore. Okay? And worked at the level of director of the company or one level below board level position in case of candidate for. ਫ੍ਰੋਮ ਪ੍ਰਾਈਵੇਟ ਸੈਕਟਰ ਠੀਕ ਹੈ ਹਾਊ ਟੂ ਅਪਲਾਈ ਕਿਦਾਂ ਕਰ ਸਕਦੇ ਹੋ ਦੋਸਤੋ ਇਸ ਨੂੰ ਅਪਲਾਈ ਕਰਨ ਵਾਸਤੇ ਤੁਹਾਨੂੰ ਫਾਰਮੈਟ ਦੇ ਰੱਖਿਆ ਇੱਕ ਇਹਨਾਂ ਨੇ ਠੀਕ ਆ ਦੇ ਐਪਲੀਕੇਸ਼ਨ ਨਹੀਂ ਟਾਈਪਿਸਟ ਦੁਕਾਨ ਤੋਂ ਤੁਸੀਂ ਕਢਵਾ ਲੈਣੀ ਆ ਠੀਕ ਹੈ ਨਾਲ ਉਹਦੇ ਨਾਲ ਕੀ ਲੈਣਾ ਤੁਸੀਂ ਆਪਣੇ ਡਾਕੂਮੈਂਟ ਲਗਾਣੇ Ориਜਨਲ ਆ ਦੇ ਡਿਊਲੀ ਸੈਂਡ ਅਲੋਂਗ ਵਿਦ ਫੋਟੋ ਕਾਪੀਜ਼ ਆਫ ਸਰਟੀਫਿਕੇਟ ਯਾਨੀ ਫੋਟੋਕਾਪੀ ਲਗਾਣੀ ਹੈ ਡਾਕੂਮੈਂਟ ਦੀ ਰਿਸਪੈਕਟ ਆਫ ਪ੍ਰੂਫ ਆਫ ਏਜ ਲਗਾਣਾ ਬੇਸਿਕ ਐਸੈਂਸ਼ੀਅਲ ਕੁਆਲਿਫਿਕੇਸ਼ਨ ਐਕਸਪੀਰੀਅੰਸ ਐਨਓਸੀ ਅਗਰ ਤੁਸੀਂ ਕੋਈ ਜੋਬ ਕਰਦੇ ਹੋ ਤਾਂ ਐਨਓਸੀ ਲੱਗੇਗੀ ਤੁਹਾਡੀ ਠੀਕ ਹੈ ਔਰ ਤੁਸੀਂ ਸੈਂਡ ਕਰਨਾ ਬਾਏ ਰਜਿਸਟਰੀ ਕਰਨਾ ਰਜਿਸਟਰੀ ਪੋਸਟ ਠੀਕ ਹੈ किथे करना जी एप्लीकेशन फॉर द पोस्ट ऑफ डायरैक्टर फाइनैंस कमर्शियल पी एस टी सल इन ऑफ देखो सुपरीटेंडेंट एनर्जी ब्रांच डिपार्टमेंट ऑफ पावर गवर्नमेंट ऑफ पंजाब ठीक है रूम नंबर तीन सौ पंद्रह थर्ड फ्लोर पंजाब सिविल सैकट्रीएट दो सैक्टर नाइन चंडीगढ़ बई लास्ट डेट कदों छब्बी बारह दो हजार तेई अपू बजे तक लास्ट डेट है तो ठीक है दोस्तों इस एड्रैस से तुम ਸੈਂਡ ਕਰ ਦੇਣਾ ਦੋਸਤੋ ਆ ਫਾਰਮ ਆ ਠੀਕ ਆ ਆ ਫਾਰਮ ਤੁਸੀਂ ਨਾਲ ਭਰ ਕੇ ਆ ਦੇ ਐਪਲੀਕੇਸ਼ਨ ਫਾਰ ਦਾ ਪੋਸਟ ਆਵੇ ਫਾਰਮ ਭਰਨਾ ਹੈ ਤੁਸੀਂ ਇਹ ਦੇਖ ਲਓ ਫਾਰਮ ਠੀਕ ਆ ਇਹ ਫਾਰਮ ਭਰ ਕੇ ਤੁਸੀਂ ਨਾਲ ਆਪਣੇ ਸਰਟੀਫਿਕੇਟ ਵਗੈਰਾ ਲਾ ਕੇ ਉਸ ਅਡਰੈਸ ਤੇ ਸੈਂਡ ਕਰ ਦੇਣਾ ਠੀਕ ਆ ਦੋਸਤੋ ਉਹ ਅਡਰੈਸ ਤੇ ਸੈਂਡ ਕਰ ਦੇਣਾ ਕਿਸ ਅਡਰੈਸ ਤੇ ਇੱਕ ਵਾਰ ਫੇਰ ਦੇਖ ਲਓ ਠੀਕ ਆ ਦੋਸਤੋ ਇਸ ਅਡਰੈਸ ਤੇ ਇਹ ਅਡਰੈਸ ਆ ਠੀਕ ਆ ਇਸ ਅਡਰੈਸ ਤੇ ਸੈਂਡ ਕਰ ਦੇਣਾ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦੇਣਾ ਨਾਲੇ ਐਦਾਂ ਹੀ ਕਿਸੇ ਵੀ ਗਵਰਨਮੈਂਟ ਜੋਬ ਦੇ ਨੋਟੀਫਿਕੇਸ਼ਨ ਵਾਸਤੇ ਚੈਨਲ ਨੂੰ ਜੁੜਾ ਸਬਸਕ੍ਰਾਈਬ ਕਰੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਤਦ ਤੱਕ ਧੰਨਵਾਦ